ਚਾਈਨਾ ਡੋਰ ਕਿੰਨੀ ਜਾਨਲੇਵਾ ਹੈ? ਇਸ ਦੇ ਲਈ ਬਠਿੰਡਾ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਬਠਿੰਡਾ ਪੁਲਿਸ ਨੇ ਅੱਜ ਥਾਂ ਥਾਂ 'ਤੇ ਛਾਪੇਮਾਰੀ ਕੀਤੀ ਅਤੇ ਬਠਿੰਡਾ ਡੋਰ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਅਤੇ ਕਿਹਾ ਹੈ ਕਿ ਵੇਚਣਾ ਜਿੱਥੇ ਅਪਰਾਧ ਹੈ ਉੱਥੇ ਖਰੀਦਣਾ ਵੀ ਅਪਰਾਧ ਹੈ। ਚਾਈਨਾ ਡੋਰ ਕਿਸੇ ਵੀ ਕੀਮਤ 'ਤੇ ਵੇਚਣ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਖਰੀਦਣ ਦਿੱਤੀ ਜਾਵੇਗੀ। ਜੇਕਰ ਕੋਈ ਵੇਚਣ ਅਤੇ ਖਰੀਦਣ ਵਾਲਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਊਗੀ। ਇਸ ਟੀਮ ਦੀ ਅਗਵਾਈ DSP ਕੁਲਜੀਤ ਸਿੰਘ ਰਮਾਣਾ ਨੇ ਕੀਤੀ ਅਤੇ ਉਹਨਾਂ ਦੁਕਾਨਦਾਰਾਂ ਨੂੰ ਵੀ ਸਖ਼ਤ ਤਾੜਨਾ ਕੀਤੀ ਹੈ। ਬਠਿੰਡਾ ਤੋਂ ਬਿਊਰੋ ਚੀਫ਼ ਹਰਪ੍ਰੀਤ ਸਿੰਘ ਦੀ ਸਪੈਸ਼ਲ ਰਿਪੋਰਟ। ਸਾਰੀ ਇਨਫੋਰਮੇਸ਼ਨ ਸੀਗੀ ਵੀ ਬਠਿੰਡਾ ਦੇ ਵਿੱਚ ਚਾਈਨਾ ਡੋਰ ਆਈ ਹੈਗੀ ਆ ਅਤੇ ਇਹਦਾ ਅਸੀਂ ਰਾਤ ਵੀ ਜਿਹੜਾ ਲੰਘੀ ਰਾਤ ਹੈਗੀ ਆ ਉਹਦਾ ਓਪਰੇਸ਼ਨ ਕੀਤਾ। ਉਹਦੇ ਵਿੱਚ ਕਾਫ਼ੀ ਸਾਰੀ ਚਾਈਨਾ ਡੋਰ ਮਿਲੀ ਸੀਗੀ ਅਤੇ ਉਹ ਅਸੀਂ ਕੇਸ ਰਜਿਸਟਰ ਕਰ ਲਿਆ। ਇਹਨਾਂ ਨੂੰ ਅਵੇਅਰ ਕਰਨ ਵਾਸਤੇ ਅੱਜ ਇੱਕ ਰੈਲੀ ਵੀ ਕੱਢੀ ਹੈਗੀ ਆ, ਲੋਕਾਂ ਨੂੰ ਅਵੇਅਰ ਕਰਨ ਵਾਸਤੇ, ਬੱਚਿਆਂ ਨੂੰ ਅਵੇਅਰ ਕਰਨ ਵਾਸਤੇ ਵੀ ਚਾਈਨਾ ਡੋਰ ਲਾ ਦਿੱਤੀ। ਅੱਜ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਵਿੱਚ ਕੋਈ ਵੀ ਚਾਈਨਾ ਡੋਰ ਲੈ ਕੇ ਆਵੇਗਾ ਜਾਂ ਪਤੰਗ ਅੜਾਏਗਾ ਉਸ ਚਾਈਨਾ ਡੋਰ ਨਾਲ ਕਾਰਵਾਈ ਦੋਨਾਂ ਦੇ ਖਿਲਾਫ਼ ਹੋਏਗੀ। ਮੈਂ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਕਰਦਾ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਖਰੀਦਣ ਤੋਂ ਜ਼ਰੂਰ ਗੁਰੇਜ਼ ਕਰਵਾਓ, ਉਹਨਾਂ ਦੀ ਕਾਉਂਸਲਿੰਗ ਕਰੋ, ਨਹੀਂ ਤਾਂ ਫਿਰ ਕਾਰਵਾਈ ਬਰਾਬਰ ਦੀ ਉਵੇਂ ਹੀ ਹੋਊਗੀ ਜਿਵੇਂ ਜੁਰਮ ਨੂੰ ਪ੍ਰਮੋਟ ਕਰਨ ਵਾਲਾ ਅਤੇ ਜੁਰਮ ਕਰਨ ਵਾਲਾ ਬੰਦਾ ਹੈਗਾ। ਅੱਜ ਦੀ ਚੈਕਿੰਗ ਜਿਹੜੀ ਹੈਗੀ ਆ ਕਾਫ਼ੀ ਸਾਰੀਆਂ ਦੁਕਾਨਾਂ 'ਤੇ ਕੀਤੀ ਹੈ। ਇੱਕ ਦੁਕਾਨ ਤੋਂ ਮਿਲੇ ਸੀਗੇ ਆਪਣੇ 22 ਪਿੰਨੇ ਇਹਦੇ ਚਾਈਨਾ ਡੋਰ ਦੇ, ਉਹਦੇ ਖਿਲਾਫ਼ ਅਸੀਂ ਕੇਸ ਰਜਿਸਟਰ ਕਰਤਾ ਅਤੇ ਉਹਨੂੰ ਪੇਸ਼ ਕਰਨਾ।